ਦੇਖੋ ਮੈਂ ਬਹੁਤ ਸਾਰੀਆਂ ਮੰਡੀਆਂ 'ਚ ਜਾ ਕੇ ਆਇਆ ਹੈਗਾ, ਜਿਹੜੀਆਂ ਜ਼ਿਆਦਾ ਜਿੰਨੀਆਂ ਵੀ ਸਾਡੀਆਂ ਪ੍ਰੋਬਲਮ ਸੀਗੀਆਂ ਅਸੀਂ ਸੋਰਟ ਆਊਟ ਕਰ ਲਈਆਂ। ਜਿੰਨੇ ਵੀ ਤੁਹਾਡੇ ਸੈਲਰ ਹੈਗੇ ਆ ਸਾਰਿਆਂ ਦੀ ਰਜਿਸਟ੍ਰੇਸ਼ਨ ਹੋ ਗਈ ਆ, ਕੋਈ ਹੁਣ ਜਿਹੜੀ ਪਹਿਲਾਂ ਜਿਹੜੀ ਦਿੱਕਤ ਸੀ ਨਾ ਜੀ, ਅਸੀਂ ਓਵਰਕਮ ਕਰ ਲਈ ਆ ਕਿ ਹੁਣ ਜਿਹੜੀ ਜਿੰਨਾ ਸਾਡੇ ਕੋਲ ਆ ਰਿਹਾ ਹੈਗਾ ਮਤਲਬ ਝੋਨਾ, ਉਸ ਤੋਂ ਬਾਅਦ ਆਪਾਂ ਮੰਡੀਆਂ 'ਚੋਂ ਚੱਕ ਰਹੇ ਹਾਂ, ਜਿਹੜਾ ਤੁਹਾਨੂੰ ਨਜ਼ਰ ਵੀ ਆਉਂਦਾ ਵੀ ਜਿਹੜਾ ਨਾ ਅਗਲੇ 3-4 ਦਿਨ ਦੇ ਵਿੱਚ ਕਲੀਅਰ ਹੋ ਜਾਏਗਾ। ਸੋ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਬੜੀ ਪੀਸਫੁੱਲ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਰੇ ਜਿੰਨੇ ਵੀ ਆਪਣੇ ਚਾਹੇ ਮਜ਼ਦੂਰ ਹੈ ਜੀ, ਕਿਸਾਨ ਹੈ, ਆੜ੍ਹਤੀ ਹੈ, ਸ਼ੈਲਰ ਵਾਲੇ ਔਰ ਸਰਕਾਰ ਹੈ, ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ। ਧਰਨਾ ਵੀ ਚੱਲ ਰਿਹਾ ਸਰ ਬਾਈਕ ਨੈਸ਼ਨਲ ਹਾਈਵੇ ਤੇ ਕਿਸਾਨ? ਦੇਖੋ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਨਾ ਜੀ, ਇਹ ਬੇਸਿਕਲੀ ਸੈਂਟਰ ਨੇ ਕ੍ਰੀਏਟ ਕੀਤੀ ਆ ਔਰ ਮੈਂ ਕਹੂੰਗਾ ਜਾਣਬੁੱਝ ਕੇ ਕ੍ਰੀਏਟ ਕੀਤੀ ਆ ਉਹਨਾਂ ਨੇ, ਕਿਉਂਕਿ ਦੁਨੀਆ ਦੇ ਵਿੱਚ ਅਨਾਜ ਦੀ ਲੋੜ ਸੀ ਜੀ। ਉਹਨਾਂ ਨੇ ਬਾਸਮਤੀ ਦੇ, ਨੋਨ ਬਾਸਮਤੀ ਦੇ ਜਿਹੜੇ ਰੇਟਸ ਹੈ ਉਹ ਜਿਹਾ ਰੱਖ ਦਿੱਤੇ ਕਿ ਉਹਨਾਂ ਨੇ ਐਕਸਪੋਰਟ ਬੰਦ ਕਰਤੀ ਉਹਦੀ, ਔਰ ਜਿਹੜਾ ਮਾਲ ਜਿਹੜਾ ਸਾਡੇ ਸ਼ੈਲਰਾਂ ਦੇ ਵਿੱਚ ਗੋਦਾਮਾਂ ਦੇ ਵਿੱਚ ਪਿਆ ਸੀ ਉਹਨੂੰ ਚੱਕਿਆ ਨਹੀਂ ਹੈ, ਔਰ ਇਸ ਦੇ ਬਾਵਜੂਦ ਕਿ ਸਰਕਾਰ ਉਹਨਾਂ ਨੂੰ ਸਮੇਂ ਤੋਂ ਸਮੇਂ ਉਹਨਾਂ ਨੂੰ ਕਹਿੰਦੀ ਰਹੀ ਹੈ, ਲਿਖਦੀ ਰਹੀ ਹੈ, ਵੈਸੇ ਕਹਿਣ ਦੀ ਲੋੜ ਨਹੀਂ ਪੈਣੀ ਹੋਣੀ ਚਾਹੀਦੀ, ਕਿਉਂਕਿ ਜਿਹੜੀ ਸਾਰੀ ਪ੍ਰੋਕਿਓਰਮੈਂਟ ਹੈ ਇਹਨੂੰ ਜਿਹੜੀ ਮੋਨੀਟਰ ਕਰਦੀ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ ਕਰਦੀ ਆ, ਜਿਹੜੀ ਇੱਕ ਸੈਂਟਰ ਦੀ ਏਜੰਸੀ ਆ, ਸੋ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਉਹਨਾਂ ਨੂੰ ਵੱਲੋਂ ਨਾ, ਇਹ ਜਾਣਬੁੱਝ ਕੇ ਕ੍ਰਾਈਸਿਸ ਕ੍ਰੀਏਟ ਕੀਤਾ ਗਿਆ ਜੀ। ਪੰਜਾਬ ਦੇ ਸਰਕਾਰ ਵਾਸਤੇ ਜਿਹੜੇ ਕੰਡੇ ਬੀਜੇ ਜਾ ਰਹੇ ਆ, ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ, ਜੋ ਕਿ ਇੱਕ ਬਹੁਤ ਮਾੜੀ ਗੱਲ ਹੈ। ਇਹਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ, ਮੈਨੂੰ ਯਾਦ ਆ ਜਦੋਂ ਮੇਰੇ ਬਚਪਨ ਦੇ ਵਿੱਚ ਅਕਾਲ ਪੈਂਦੇ ਹੁੰਦੇ ਸੀ ਜੀ, ਮਤਲਬ ਨਾ ਤਾਂ ਪੰਜਾਬ 3 ਦੀ ਬਜਾਏ 2 ਟਾਈਮ ਰੋਟੀ ਖਾ ਕੇ ਜਿੱਥੇ ਅਕਾਲ ਪੈਂਦੇ ਸੀ ਵੈਸਟ ਬੰਗਾਲ ਅਤੇ ਦੂਜੇ ਸੂਬਿਆਂ ਨੂੰ ਅਨਾਜ ਭੇਜਦਾ ਹੁੰਦਾ ਸੀ। ਸਾਡੇ ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ, ਅਤੇ ਹੁਣ ਤੁਸੀਂ ਜੇ ਅੱਜ ਕਿਸਾਨ ਜੇ ਅਨਾਜ ਪੈਦਾ ਕਰ ਰਿਹਾ, ਕਿਸਾਨ ਤੁਹਾਡੇ ਕੋਲੋਂ ਕੋਈ ਖਰਾਇਤ ਥੋੜ੍ਹੀ ਮੰਗ ਰਿਹਾ, ਉਹਦੀ ਸਹੀ ਕੀਮਤ ਮੰਗ ਰਿਹਾ, ਉਹ ਨਹੀਂ ਉਹਨਾਂ ਨੂੰ ਮਿਲ ਰਹੀ ਜੀ। ਆਹ ਜਿਹੜੀਆਂ ਜਾਣਬੁੱਝ ਕੇ ਹੈਸਲ ਕ੍ਰੀਏਟ ਕੀਤੀਆਂ ਜਾ ਰਹੀਆਂ, ਪੰਜਾਬ ਦਾ ਜਿਹੜਾ ਜਿਹਨੂੰ ਅਸੀਂ ਫੂਡ ਬਾਊਲ ਕਹਿੰਦੇ ਹਾਂ ਇੰਡੀਆ ਦਾ, ਇਹਨਾਂ ਨੇ ਪੰਜਾਬ ਤੋਂ ਮਿਨਿਸਟਰ ਦਾ ਬਣਾ ਦਿੱਤੇ ਜੀ। ਇਹਨਾਂ ਨੇ ਕਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਲਾਈ ਹੈ ਜੀ ਪੰਜਾਬ ਦੇ ਵਿੱਚ? ਲੱਗਣੀਆਂ ਚਾਹੀਦੀਆਂ ਸੀਗੀਆਂ ਪੰਜਾਬ ਦੇ ਵਿੱਚ ਫੂਡ ਦੇ ਜਿਹੜੀਆਂ ਹੈਗੀਆਂ, ਜੇ ਐਗਰੋ ਬੇਸਡ ਇੰਡਸਟਰੀਜ਼ ਲਾਣਗੇ ਤਾਂ ਹੀ ਕਿਸਾਨ ਅਤੇ ਮਜ਼ਦੂਰ ਪ੍ਰਫੁੱਲਿਤ ਹੋਏਗਾ ਨਾ ਜੀ। ਜੇ ਸਾਨੂੰ ਇਹ ਅਨਾਜ ਨੂੰ ਐਕਸਪੋਰਟ ਕਰਨ ਦਿੰਦੇ ਤਾਂ ਉਹਦੇ ਨਾਲ ਕੀ ਹੋਣਾ ਸੀਗਾ ਕਿ ਪੰਜਾਬ ਦੇ ਵਿੱਚ ਰੈਵਨਿਊ ਆਉਣਾ ਸੀ, ਦੇਸ਼ ਦੇ ਵਿੱਚ ਰੈਵਨਿਊ ਆਉਣਾ ਸੀਗਾ, ਕੁਝ ਪੈਸੇ ਕਿਸਾਨਾਂ ਦੇ ਖਾਤਿਆਂ ਜਾਣੇ ਸੀ, ਕੋਈ ਸ਼ੈਲਰ ਦੇ, ਕੋਈ ਆੜ੍ਹਤੀਏ ਦੇ। ਇਹਨਾਂ ਨੇ ਤਾਂ ਉਲਟਾ ਕਰਤਾ ਜੀ, ਆੜ੍ਹਤੀਆਂ ਦੀ ਇਹਨਾਂ ਨੇ ਆੜ੍ਹਤ ਫਿਕਸ ਕਰਤੀ ਜੀ। ਹਰ ਸਾਲ ਖਰਚੇ ਵੱਧ ਰਹੇ ਆ ਉਹਨਾਂ ਦੀ, ਆੜ੍ਹਤੀਆਂ ਵੀ 40 ਰੁਪਏ ਤੁਹਾਨੂੰ ਮਿਲੂਗੀ ਜੀ, ਪਹਿਲਾਂ 2.5% ਸੀਗੇ, ਉਹ 2.5% ਮਿਲਣੀ ਚਾਹੀਦੀ ਆ। ਆੜ੍ਹਤੀਆਂ ਸਰਵਿਸ ਪ੍ਰੋਵਾਈਡਰ ਹੈ ਜੀ, ਉਹਨੇ ਮਜ਼ਦੂਰ ਨੂੰ ਵੀ ਪੈਸੇ ਦੇਣੇ ਆ, ਉਹਨੇ ਕਿਸਾਨ ਦੀ ਵੀ ਪੇਮੈਂਟ ਕਰਨੀ ਆ, ਉਹਨੇ ਮੰਡੀ ਦੇ ਵਿੱਚ ਸਾਰਾ ਸਾਂਭ ਸੰਭਾਲ ਦਾ ਵੀ ਕਰਨਾ, ਉਹਨੇ ਆਪਣਾ ਸਾਰੀਆਂ ਸੁਵਿਧਾ ਵੀ ਦੇਣੀਆਂ ਲੋਕਾਂ ਨੂੰ, ਉਹਨੇ ਮਤਲਬ ਕਿੰਨੇ ਕੰਮ ਕਰਦੇ ਆ, ਸ਼ੈਲਰ ਵਾਲੇ ਨੇ ਬਾਰਦਾਨਾ ਵੀ ਦੇਣਾ, ਉਹਨੇ ਚੌਲ ਕੱਢ ਕੇ ਦੇਣੇ ਆ, ਉਹ ਜਿਹੜਾ ਸਾਰਿਆਂ ਦਾ ਇੱਕ ਹੱਕ ਮਾਰ ਕੇ ਜਿਹੜੀ ਸਰਕਾਰ ਹੈ ਉਹ ਕੁਛ 2-4 ਜਿਹੜੇ ਹੈਗੇ ਆ ਤੁਹਾਡੇ ਅਰਬਾਂਪਤੀ ਜਿਹੜੇ ਇਹਨਾਂ ਦੇ ਬਿਜ਼ਨਸਮੈਨ ਦੋਸਤ ਹੈ ਉਹਨਾਂ ਨੂੰ ਦੇਣਾ ਚਾਹੁੰਦੇ ਆ, ਕਿਉਂਕਿ 2-3 ਬੰਦਿਆਂ ਨੂੰ ਕੰਟਰੋਲ ਕਰਨਾ ਬਹੁਤ ਸੌਖਾ ਜੀ। ਉਹ ਇਸ ਕਰਕੇ ਕੋਸ਼ਿਸ਼ ਕਰ ਰਹੇ ਆ ਕਿ ਕਿਸਾਨ, ਮਜ਼ਦੂਰ, ਆੜ੍ਹਤੀਆ ਔਰ ਸ਼ੈਲਰ ਵਾਲੇ ਔਰ ਜਿਹੜੀ ਪੰਜਾਬ ਸਰਕਾਰ ਹੈ ਇਹ ਆਪਸ ਦੇ ਵਿੱਚ ਉਲਝ ਜਾਣ, ਅਤੇ ਇਹ ਕਿਹੜੇ ਮੂੰਹ ਨਾਲ ਜਾਂਦੇ ਆ ਜੀ ਮੰਡੀਆਂ ਦੇ ਵਿੱਚ? ਕੈਪਟਨ ਸਾਹਿਬ ਦੀ ਆਪਣੀ ਇੱਥੇ ਸਰਕਾਰ ਰਹੀ ਹੈ ਜੀ, 3 ਸਾਲ ਬਾਅਦ ਕੱਢ ਕੇ ਲਿਆਏ ਜੀ ਇਹਨਾਂ ਨੂੰ ਕਿੱਥੋਂ? ਪਹਿਲਾਂ ਕਿੱਥੇ ਸੁੱਤੇ ਹੋਏ ਸੀਗੇ ਜੀ ਉਹ? 3 ਸਾਲ ਦੇ ਕਿੱਥੇ ਪਏ ਸੀਗੇ ਉਹ? ਪਹਿਲਾਂ ਕਿਉਂ ਨਹੀਂ ਗਏ ਜੀ? ਔਰ ਉਹ ਕਹਿ ਰਹੇ ਆ ਕਿ ਮੇਰੀ ਤਾਂ ਗੱਲ ਨਹੀਂ ਮੰਨਦੇ ਜੀ, ਉਹ ਖੁਦ ਹੀ ਕਹਿ ਰਹੇ ਮੇਰੀ ਗੱਲ ਨਹੀਂ ਮੰਨਦੇ। ਉਹਨਾਂ ਦਾ ਪ੍ਰਧਾਨ ਹੈ ਜੀ, ਜੇ ਸ਼ੈਲਰ ਵਾਲਿਆਂ ਨੂੰ ਬੁਲਾ ਰਹੇ ਆ ਅਤੇ ਨਾਲ ਜਿਹੜਾ ਸਾਡਾ ਖੇਤੀਬਾੜੀ ਮੰਤਰੀ ਆ ਉਹਨੂੰ ਕਿਉਂ ਨਹੀਂ ਬੁਲਾਉਂਦੇ ਜੀ? ਇਕੱਠੇ ਬੈਠ ਕੇ ਕਿਉਂ ਨਹੀਂ ਕਰ ਸਕਦੇ? ਪ੍ਰਧਾਨ ਮੰਤਰੀ ਸਾਹਿਬ ਨੂੰ ਇੱਧਰ ਨਾਲੋਂ ਜ਼ਿਆਦਾ ਇੰਪੋਰਟੈਂਟ ਪ੍ਰਧਾਨ ਮੰਤਰੀ ਵਾਸਤੇ ਕਿਹੜਾ ਕੰਮ ਹੈ ਜੀ, ਜਦੋਂ ਕਿਸਾਨ ਅਨਾਜ ਲੈ ਕੇ ਮੰਡੀਆਂ 'ਚ ਬੈਠਾ ਹੋਇਆ? ਹੋਰ ਇੱਧੋਂ ਵੱਡਾ ਕੰਮ ਕਿਹੜਾ ਹੈਗਾ ਕਿ ਪ੍ਰਧਾਨ ਮੰਤਰੀ ਕੋਲ ਟਾਈਮ ਨਹੀਂ ਹੈ ਜੀ, ਉਹ ਸਟੇਟ ਗਵਰਨਮੈਂਟ ਨਾਲ ਗੱਲ ਕਰੇ, ਸਾਰੇ ਸਟੇਕ ਹੋਲਡਰ ਨਾਲ ਗੱਲ ਕਰੇ, ਜਿਹੜਾ ਹੈੱਡ ਆਫ ਦੀ ਫੈਮਿਲੀ ਹੁੰਦਾ ਉਹਦਾ ਫਰਜ਼ ਬਣਦਾ ਜੀ। ਸੋ ਮੈਨੂੰ ਬੜਾ ਅਫਸੋਸ ਹੈ ਜੀ, ਬਟ ਸਾਡੇ ਜਿਹੜੇ ਲੋਕ ਹੈ ਉਹ ਸਮਝਦਾਰ ਹੈ, ਔਰ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਸਿਰਫ ਹੁਣ 2-3-4 ਦਿਨ ਦੀ ਗੱਲ ਹੈਗੀ ਹੈ ਜੀ, ਅਸੀਂ ਜਿਹੜਾ ਸਾਰੀਆਂ ਤੁਹਾਡੀਆਂ ਮੰਡੀਆਂ ਕਲੀਅਰ ਹੋ ਜਾਣਗੀਆਂ। ਇਹ ਬਹੁਤ ਵੱਡੀ ਮੁਸੀਬਤ ਉਹਨਾਂ ਨੇ ਜਾਣਬੁੱਝ ਕੇ ਕ੍ਰੀਏਟ ਕੀਤੀ ਸੀ। ਪਰ ਸਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਇਹ ਕਹਿੰਦੇ ਹੋਏ ਬਚ ਸਕਦੇ ਹਾਂ ਕਿ ਉਹ ਕੰਡੇ ਬੀਜ ਰਹੇ ਆ? ਸਾਨੂੰ ਵੀ ਤਾਂ ਲੋਕਾਂ ਨੇ ਕੰਡੇ ਚੁਗਣ ਲਈ ਹੀ ਬਿਲਕੁਲ ਠੀਕ ਹੈ ਜੀ ਚੁਗ ਰਹੇ ਹਾਂ ਜੀ, ਉਹ ਹਾਸਲ ਕ੍ਰੀਏਟ ਕਰ ਰਹੇ ਆ ਤਾਂ ਸਾਡਾ ਹੀ ਫਰਜ਼ ਆ ਕਿ ਆਪਾਂ ਹਾਸਲ, ਆਪਾਂ ਚੁਣੀ ਤਾਂ ਸਰਕਾਰ ਤਾਂ ਆ ਕਿ ਸਾਡੇ ਮਸਲੇ ਹੱਲ ਕਰੂਗੀ, ਤਾਂ ਹੀ ਆਮ ਆਦਮੀ ਪਾਰਟੀ ਚੁਣੀ, ਨਹੀਂ ਤਾਂ ਇੱਥੇ ਆਪਾਂ ਫਿਰ BJP ਚੁਣ ਲੈਂਦੇ ਲੋਕ, ਜੇ ਇਹੀ ਗੱਲ ਸੀ। ਹਾਂ, ਇਹ ਤੁਹਾਡਾ ਜਿਹੜਾ ਸਵਾਲ ਹੈਗਾ ਨਾ ਜੀ ਬਿਲਕੁਲ ਸਹੀ ਹੈ। ਦੇਖੋ ਅਸੀਂ ਇਹ ਜਿਹੜੀ ਸਾਡੀ ਸਰਕਾਰ ਹੈ ਅਸੀਂ ਮੁਸੀਬਤ ਤੋਂ ਭੱਜਦੇ ਨਹੀਂ, ਅਸੀਂ ਮੁਸੀਬਤਾਂ ਨਾਲ ਡੀਲ ਕਰਦੇ ਹਾਂ, ਉਹਨਾਂ ਦਾ ਸਾਹਮਣਾ ਕਰਦੇ ਹਾਂ ਜੀ, ਚਾਹੇ ਸਿਹਤ ਦੇ ਫਰੰਟ 'ਤੇ ਹੋਣ ਜੀ, ਐਜੂਕੇਸ਼ਨ ਦੀਆਂ ਹੋਣ, ਮੰਡੀ ਬੋਰਡ ਦੀਆਂ ਹੋਣ, ਜਾਂ ਕਿਸੇ ਹੋਰ ਮਹਿਕਮੇ ਦੀਆਂ ਹੋਣ, ਸਾਡੇ ਸਾਰੇ ਬੰਦੇ ਮੰਡੀਆਂ 'ਚ ਨਾ ਜੀ, ਅਸੀਂ ਮੰਡੀਆਂ 'ਚ ਜਾ ਰਹੇ ਹਾਂ ਨਾ ਜੀ। ਅਸੀਂ ਇਹ ਤਾਂ ਨਹੀਂ ਕੈਪਟਨ ਵਾਲਾ ਹਾਲ ਤਾਂ ਨਹੀਂ ਵੀ ਕਦੇ ਮੰਡੀਆਂ 'ਚ ਗਏ ਨਹੀਂ ਸੀ ਜਦੋਂ ਆਪ ਮੁੱਖ ਮੰਤਰੀ ਸੀਗੇ, ਹੁਣ ਗਏ ਆ ਨਾ ਜੀ, ਉਦੋਂ ਤਾਂ ਨਹੀਂ ਜਾਂਦੇ ਸੀ ਨਾ ਜੀ।
ਜੇ ਸਾਡੇ ਨਾਲ ਮਿਲ ਕੇ ਕੰਮ ਕਰਨ ਜੀ। ਅਸੀਂ ਸਿਹਤ ਦਾ ਜਿਹੜਾ ਹੈਗਾ ਤੁਸੀਂ ਦੇਖੋ ਸਿਹਤ ਦੇ ਵਿੱਚ ਅਸੀਂ ਕਿੰਨਾ ਉਹਨੂੰ ਟਰਾਂਸਫਾਰਮ ਕਰਤਾ ਜੀ। ਮਤਲਬ 2.25 ਕਰੋੜ ਕੋਈ ਨੰਬਰ ਹੁੰਦਾ ਜਿਹਨਾਂ ਨੂੰ ਦਵਾਈ ਮਿਲਣ ਲੱਗ ਗਈ ਜੀ, ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਟੈਸਟ ਹੋਣ ਲੱਗ ਗਿਆ ਜੀ, ਯੋਗਾ ਕਰਾ ਰਹੇ ਹਾਂ ਜੀ, ਲੋਕਾਂ ਨੂੰ ਹੋਰ ਗਾਈਡ ਕਰ ਰਹੇ ਹਾਂ, ਵੱਡੇ ਵੱਡੇ ਹਸਪਤਾਲ ਬਣਾ ਰਹੇ ਹਾਂ, ਹਸਪਤਾਲ ਠੀਕ ਕਰ ਰਹੇ ਹਾਂ ਜੀ, ਤੁਹਾਡੇ ਇੱਥੇ ਮੈਡੀਕਲ ਕਾਲਜ ਬਣਨ ਜਾ ਰਿਹਾ ਜੀ, 8 ਮੈਡੀਕਲ ਕਾਲਜ ਬਣਨ ਜਾ ਰਿਹਾ, ਉਹਦੇ 'ਤੇ ਕੰਮ ਕਰ ਰਹੇ ਹਾਂ ਅਸੀਂ। ਬਟ ਉਹਨਾਂ ਨੇ ਸਾਡੇ ਫੰਡ ਬੰਦ ਕੀਤੇ ਹੋਏ ਆ, ਸਾਡੀ ਉਹਦੇ ਨਾਲ ਕੰਸਟੇਂਟ ਹੋ ਜਾਂਦਾ ਸਾਡਾ ਜੀ। ਮਤਲਬ ਜਿਹੜਾ ਹੁਣ ਤੁਹਾਡਾ ਜਿਹੜਾ ਇਸ਼ੂ ਹੈਗਾ ਨਾ ਜੀ, ਮੈਂ ਇੱਕ ਕਰਕੇ ਇਸ਼ੂ ਲੈਣਾ ਜੀ, ਆੜ੍ਹਤੀਆਂ ਦਾ ਹੈਗਾ ਜੀ। ਉਹਨਾਂ ਨੇ ਜਿਹੜੀ ਆੜ੍ਹਤ ਹੈ ਰੋਕੀ ਹੋਈ ਆ, ਉਹਨਾਂ ਨੇ ਸਾਡੇ ਜਿਹੜੇ ਮੰਡੀ ਬੋਰਡ ਦੇ ਪੈਸੇ ਆ ਜੀ, ਚਾਹੇ ਸਾਡੇ ਰੂਰਲ ਡਿਵੈਲਪਮੈਂਟ ਦੇ ਪੈਸੇ ਆ, ਉਹ ਰੋਕੇ ਹੋਏ ਆ। 10-12 ਹਜ਼ਾਰ ਕਰੋੜ ਥੋੜ੍ਹਾ ਨਹੀਂ ਹੁੰਦਾ ਜੀ, ਸਾਡੇ ਕੋਲ ਪੈਸੇ ਆਣਗੇ, ਅਸੀਂ ਹੋਰ ਸ਼ੈੱਡ ਬਣਾਵਾਂਗੇ ਜੀ, ਕਿਸਾਨਾਂ ਲਈ, ਮਜ਼ਦੂਰਾਂ ਲਈ ਅਸੀਂ ਆਰਾਮ ਘਰ ਬਣਾਵਾਂਗੇ, ਠੀਕ ਆ ਜੀ। ਅਸੀਂ ਪਿੰਡਾਂ ਦੀਆਂ ਸਾਰੀਆਂ ਸੜਕਾਂ ਠੀਕ ਕਰਾਂਗੇ, ਪਿੰਡਾਂ ਦੀਆਂ ਸੜਕਾਂ ਦੀ ਅਰਜੈਂਟ ਰਿਪੇਅਰ ਹੋਣੀ ਚਾਹੀਦੀ ਹੈ ਜੀ। ਉਹ ਪਹਿਲਾਂ ਆਉਂਦੇ ਸੀ ਕਿ ਸਟੇਟ ਨੂੰ ਕੋਈ ਹੱਕ ਨਹੀਂ ਹੈ ਜੀ, ਸਟੇਟ ਦਾ ਟੈਕਸ ਹੈ ਜੀ ਇਹ, ਸੈਂਟਰ ਨੂੰ ਕੀ ਹੱਕ ਆ ਕਿ ਸਾਡੇ ਪੈਸੇ ਰੋਕੇ ਹੋ? ਸਾਡੇ ਪੈਸੇ ਵੀ ਰੋਕੇ ਹੋਏ ਆ ਜੀ, ਸਾਡੇ ਗੋਦਾਮ ਭਰੇ ਹੋਏ ਆ, ਅਸੀਂ ਕੋਈ ਗੁਨਾਹ ਕਰ ਰਹੇ ਹਾਂ ਜੀ? ਅਸੀਂ ਜੇ ਅਸੀਂ ਪਹਿਲਾਂ ਇਹਨਾਂ ਨੂੰ ਝੋਨਾ ਚਾਹੀਦਾ ਸੀਗਾ, ਸਾਨੂੰ ਤਾਂ ਚਾਹੀਦਾ ਨਹੀਂ ਸੀਗਾ ਜੀ। ਇਹਨਾਂ ਨੇ ਸਾਨੂੰ ਖਾਦ ਫਰੀ ਦਿੱਤੀ ਜੀ, ਇਹਨਾਂ ਨੇ ਸਾਨੂੰ ਬਿਜਲੀ ਦਿੱਤੀ, ਇਹਨਾਂ ਨੇ ਸਾਨੂੰ ਮਤਲਬ ਹਰ ਸੁਵਿਧਾ ਦਿੱਤੀ ਜੀ, ਵੀ ਤੁਸੀਂ ਦੇਸ਼ ਵਾਸਤੇ ਅਨਾਜ ਪੈਦਾ ਕਰੋ, ਅਸੀਂ ਕਰਤੀ। ਹੁਣ ਜੇ ਇਹਦੀ ਜੇ ਕਹਿੰਦੇ ਆ ਕਿ ਮਤਲਬ ਤੁਸੀਂ ਆਪਣਾ ਕਰੋਪ ਡਿਵਰਸੀਫਿਕੇਸ਼ਨ ਕਰੋ ਜੀ, ਕੀ ਦੇ ਰਿਹਾ ਜੀ ਕਰੋਪ ਡਿਵਰਸੀਫਿਕੇਸ਼ਨ ਵਾਸਤੇ? ਜਿੱਦਾਂ ਪਹਿਲਾਂ ਇਨਸੈਂਟਿਵ ਦਿੱਤੇ ਸੀ, ਅਸੀਂ ਬਾਜ਼ਾਰ ਅਸੀਂ ਬਾਹਰੋਂ ਮੰਗਾਉਂਦੇ ਹਾਂ ਜੀ, ਆਇਲ ਸੀਡਸ ਮੰਗਾਉਂਦੇ ਹਾਂ, ਅਸੀਂ ਤੇਲ ਸਾਰੇ ਬਾਹਰੋਂ ਮੰਗਾਉਂਦੇ ਹਾਂ ਜੀ, ਖਾਣ ਵਾਲੇ ਘਟੀਆ ਤੇਲ ਅਸੀਂ ਬਾਹਰੋਂ ਮੰਗਾ ਕੇ ਖਾ ਰਹੇ ਹਾਂ ਜੀ, ਦਾਲਾਂ ਅਸੀਂ ਬਾਹਰੋਂ ਮੰਗਾ ਰਹੇ ਹਾਂ। ਪੰਜਾਬ 'ਚ ਦਾਲਾਂ ਹੁੰਦੀਆਂ ਸੀ ਜੀ, ਸਾਡੇ ਤਾਂ ਹੀ ਹੁੰਦੀਆਂ ਸੀ, ਸਾਡੇ ਤਾਂ 18 ਫਸਲਾਂ ਹੁੰਦੀਆਂ ਸੀ, ਇੱਥੇ 20 ਫਸਲਾਂ। ਮੈਂ ਕਿਸਾਨ ਦਾ ਬੇਟਾ ਜੀ, ਮੈਂ ਇਸ ਜ਼ਿਲ੍ਹੇ ਤੋਂ ਹਾਂ ਜੀ, ਆਹ ਨਾਲ ਪਿੰਡ ਆ ਜੀ ਮੇਰਾ ਭੌਰਾ, ਠੀਕ ਆ ਜੀ। ਔਰਗੈਨਿਕ ਫਾਰਮਿੰਗ ਹੁੰਦੀ ਸੀ ਪੰਜਾਬ ਦਾ, ਅਸੀਂ ਪਾਣੀ ਵੀ ਖਰਾਬ ਕਰ ਲਿਆ, ਹਵਾ ਵੀ ਖਰਾਬ ਕਰ ਲਈ, ਆਪਣੀ ਸਿਹਤ ਵੀ ਖਰਾਬ ਕਰ ਲਈ। ਅਸੀਂ ਕਿਹਦੇ ਪਿੱਛੇ ਕੀਤੀ ਆ ਜੀ? ਦੇਸ਼ ਪਿੱਛੇ ਕੀਤੀ ਆ ਨਾ ਜੀ, ਕਿ ਦੇਸ਼ ਨੇ ਜਿਹੜੇ ਬੰਦਿਆਂ ਨੇ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਵਾਸਤੇ, ਜਿਹਨਾਂ ਨੇ ਤੁਹਾਨੂੰ ਆਜ਼ਾਦੀ ਦਵਾਈ ਭੁੱਖਮਰੀ ਤੋਂ, ਉਹਨਾਂ ਨੂੰ ਤੁਸੀਂ ਇਹ ਇਨਾਮ ਦਿਓਗੇ ਜੀ? ਦਿਓ ਇਨਸੈਂਟਿਵ ਤੁਸੀਂ ਉਹਨਾਂ ਵਾਸਤੇ ਜੀ, ਤੁਸੀਂ ਕਹਿ ਦਿਓ ਵੀ ਜਿਹੜਾ ਕਿਸਾਨ ਝੋਨੇ ਨੂੰ ਛੱਡ ਕੇ ਜਿਹੜਾ ਦਾਲਾਂ ਬੀਜੇਗਾ, ਜਿਹੜਾ ਸੂਰਜਮੁਖੀ ਬੀਜੇਗਾ, ਸਰੋਂ ਬੀਜੇਗਾ, ਉਹਨੂੰ ਜਿੰਨਾ ਪੈਸਾ ਤੁਸੀਂ ਝੋਨੇ ਵਾਸਤੇ ਦੇ ਰਹੇ ਹੋ ਉਹ ਦੇ ਦਿਓ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਝੋਨੇ ਵਾਸਤੇ ਬੇਲਰ ਨਹੀਂ ਦੇ ਰਹੇ ਹੋ, ਮੈਂ ਕਹਿੰਦਾ ਤੁਸੀਂ ਝੋਨੇ ਲਈ ਬੇਲਰ ਦੇ ਰਹੇ ਹੋ, ਤੁਸੀਂ ਇਹਦੇ ਵੇਸਟ ਪਲਾਂਟ ਲਾ ਰਹੇ ਹੋ, ਤੁਸੀਂ ਚਾਹੁੰਦੇ ਕਿ ਲੋਕ ਪੰਜਾਬ 'ਚੋਂ ਨਹੀਂ ਪੈਦਾ ਕਰੀ ਚੱਲੇ ਵਾਲਾ, ਤੁਸੀਂ ਦੂਜੇ ਪਾਸੇ ਲੈ ਕੇ ਨਹੀਂ ਜਾ ਰਹੇ ਹੋ, ਉਹਦੀ ਤਾਂ ਗੱਲ ਹੀ ਨਹੀਂ ਹੋ ਰਹੀ ਆ ਜੀ। ਕਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਆ? ਕੇਂਦਰ ਨੇ ਦੇਣੀ ਆ ਨਾ ਜੀ, ਇਹ ਆੜ੍ਹਤੀਆਂ ਦੀ ਆੜ੍ਹਤ ਉਹਨਾਂ ਨੇ ਦੇਣੀ ਆ ਜੀ, ਰੂਰਲ ਡਿਵੈਲਪਮੈਂਟ ਦੇ ਮੰਡੀ ਬੋਰਡ ਦੇ ਪੈਸੇ, ਸਾਰਾ ਕੁਝ ਤਾਂ ਰੁਕੀ ਬੈਠੇ ਆ ਜੀ ਉਹ।